ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਰਸਮੀ ਸੰਬੋਧਨ ਨਾਲ ਪਾਰਲੀਮੈਂਟ ਦੇ ਬਜਟ اجلاس ਦੀ ਸ਼ੁਰੂਆਤ ਰਾਸ਼ਟਰਪਤੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਦਿੱਤਾ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਤਾਬਕ ਬਜਟ ਨਾਗਰਿਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਦਾ ਇੱਕ ਯਤਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਨਿੱਜੀ ਪ੍ਰਸਾਰਕਾਂ ਨੂੰ ਐਡਵਾਈਜ਼ਰੀ ਜਾਰੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ T20 ਮੈਚਾਂ ਦੀ ਲੜੀ ਦਾ ਤੀਜਾ ਤੇ ਆਖਰੀ ਮੈਚ ਭਲਕੇ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਦੋਹਾਂ ਸਦਨਾਂ ਨੂੰ ਸਾਂਝੇ ਸੰਬੋਧਨ ਤੋਂ ਬਾਅਦ ਬਜਟ اجلاس ਰਸਮੀ ਤੌਰ ਤੇ ਸ਼ੁਰੂ ਹੋ ਗਿਆ ਹੈ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਸੱਦਾ ਦਿੱਤਾ ਅਮਰਤ ਕਾਲ ਨੂੰ ਦੇਸ਼ ਲਈ ਮਹੱਤਵਪੂਰਨ ਕਾਲਖੰਡ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਰਿਹਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲਿਆ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਅੱਜ ਪ੍ਰਗਤੀ ਦੇ ਨਾਲ ਵਾਤਾਵਰਣ ਦੀ ਸੰਭਾਲ ਕਰਨ ਵਾਲੀ ਸਰਕਾਰ ਹੈ ਅਤੇ ਇਸ ਨੇ ਦੇਸ਼ ਹਿੱਤ ਨੂੰ ਹਮੇਸ਼ਾ ਸਭ ਤੋਂ ਵੱਧ ਤਰਜੀਹ ਦਿੱਤੀ ਹੈ डिजिटली करण नाल पारदर्शिता वदन बारे गल करदियां राष्ट्रपति द्रौपदी मुर्मू ने कहा कि असी ए यकीनी बनाया कि व्यवस्था विच ईमानदार दा सम्मान होगा अते भ्रष्टाचार के खिलाफ जंग जारी रहेगी आज भारत में ऐसा नेट ऐसा डिजिटल नेटवर्क तैयार हुआ है जिससे विकसित दिशा में देशों में प्रेरणा ले रही बड़े-बड़े घटेलो सरकारी योजना में ਵਿਸ਼ਵਾਚਾਰਕੀ ਜੀਨ ਸਮਸਿਆਵਾਂ ਸੇ ਦੇਸ਼ ਮੁਕਤੀ ਚਾਹਤਾ ਥਾ ਉਹ ਮੁਕਤੀ ਆਪ ਦੇਸ਼ ਕੋ ਮਿਲ ਰਹੀ ਹੈ

लगातार दो बार एक स्थिर सरकार को चुना है मेरी सरकार ने मेरी सरकार ने देश हित को सदैव सर्वोपरि रखा ਨੀਤੀ ਰਣਨੀਤੀ ਮੇਂ ਸੰਪੂਰਨ ਪਰਿਵਰਤਨ ਕੀ ਇੱਛਾ ਸਤਿ। ਬਜਟ ਡਿਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਲੀਮੈਂਟ ਬੁੱਜਣ ਤੇ ਰਾਸ਼ਟਰਪਤੀ ਦਾ ਰਸਮੀ ਸਵਾਗਤ ਕੀਤਾ ਗਿਆ। ਉਪ ਰਾਸ਼ਟਰਪਤੀ ਜਗਦੀਪ ਤਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪਾਰਲੀਮੈਂਟੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੇਂਦਰੀ ਭਵਨ ਵਿਖੇ ਰਾਸ਼ਟਰਪਤੀ ਦਾ ਸਵਾਗਤ ਕੀਤਾ। बजट इजलास शुरू होने लोक सभाड़िया शख्सियत श्रद्धांजली भेंट की गई जलंधर तो लोक सभा मैंबर चौधरी संतोख सिंह भी श्रद्धांजलि दी गई अत्यंत दुख के साथ मैं सभा को हमारे साथी श्री संतोख सिंह चौधरी और हमारे तीन पुर साथियों के निधन के बारे में सूचित करना चाहता हूँ श्री संतोष सिंह चौधरी पंजाब के जालंधर संसदीय निर्वाचन क्षेत्र से वर्तमान लोकसभा के सदस्य थे श्री संतोष सिंह चौधरी का निधन छिहत्तर वर्ष की आयु में 14 जनवरी 2023 को जालंधर में हुआ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੱਚੀ ਦੁਨੀਆ ਆਲਮੀ ਸਥਿਤੀਆਂ ਦੇ ਮੱਦੇਨਜ਼ਰ ਭਾਰਤ ਦੇ ਸਾਲਾਨਾ ਬਜਟ ਵੱਲ ਉਤਸੁਕਤਾ ਨਾਲ ਦੇਖ ਰਹੀ ਹੈ। ਬਜਟ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਾਰਲੀਮੈਂਟ ਦੇ ਬਾਹਰ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੋਟੋ ਇੰਡੀਆ ਫਰਸਟ ਸਿਟੀਜ਼ਨ ਫਰਸਟ ਹੈ ਭਾਵ ਸਰਕਾਰ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦਾ ਬਜਟ ਦੇਸ਼ ਦੇ ਆਮ ਨਾਗਰਿਕਾਂ ਦੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਦਾ ਇੱਕ ਯਤਨ ਹੈ ਉਹਨਾਂ ਨੇ ਭਰੋਸਾ ਜਤਾਇਆ ਕਿ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨਾਗਰਿਕਾਂ ਦੀਆਂ ਉਹਨਾਂ ਆਸਾਂ ਤੇ ਖਰਾ ਉਤਰਨਗੇ राष्ट्रपति ने भाषण तधान प्रधानमंत्री ने कहा कि उन्होंने संबोधन साविधान पार्लियमानी प्रणाली का माण है आज के, आज के वैश्विक परिस्थिति में भारत के बजट के तरफ न सिर्फ भारत का लेकिन पूरे विश्व का ध्यान है विश्व की आर्थिक परिस्थिति में भारत का बजट भारत के सामान्य मानवी की आशा आकांक्षाओं को तो पूरा करने का प्रयास करेगा ही लेकिन विश्व जो आशा की किरण देख रहा है उसे वह और अधिक प्रकाशमान नजर आए ਕਮਾਂਤਰੀ ਮੁਦਰਾਕੋਸ਼ ਆਈਐਮਐਫ ਨੇ ਆਲਮੀ ਗਿਰਾਵਟ ਦੇ ਦੌਰ ਵਿੱਚ ਭਾਰਤ ਨੂੰ ਦੁਨੀਆ ਦੇ ਸਭ ਤੋਂ ਤੇਜ਼ ਰਫਤਾਰ ਨਾਲ ਵਿਕਾਸ ਕਰ ਰਏ ਅਰਥਚਾਰਿਆਂ ਦੀ ਸੂਚੀ ਵਿੱਚ ਰੱਖਿਆ ਹੈ। IMF ਨੇ ਵਿਸ਼ਵ ਆਰਥਿਕ ਆਊਟਲੁੱਕ ਦੀ ਜਨਵਰੀ ਮਹੀਨੇ ਦੀ ਰਿਪੋਰਟ ਵਿੱਚ ਸਾਲ 2023 ਦੌਰਾਨ ਭਾਰਤ ਦੀ ਵਾਧਾ ਦਰ 6.1 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਕੋਮਾਂਤਰੀ ਮੁਦਰਾਕੋਸ਼ ਨੇ ਅਗਲੇ ਵਰੇ 2024 ਵਿੱਚ ਭਾਰਤ ਦੀ ਵਾਧਾ ਦਰ 6.8 ਫੀਸਦੀ ਰਹਿਣ ਦੀ ਗੱਲ ਲੱਖੀ ਹੈ। IMF ਨੇ ਇੱਕ ਹਾਂ ਪੱਖੀ ਇਸ਼ਾਰਾ ਕਰਦੇ ਹਾਂ ਕਿ ਆਲਮੀ ਪੱਧਰ ਤੇ GDP ਅਤੇ ਪ੍ਰਤੀ ਵਿਅਕਤੀ ਆਮਦਨ ਵਾਧਾ ਮੰਫੀ ਹੋਣ ਨਾਲ ਆਲਮੀ ਮੰਦੀ ਦਾ ਆਉਣਾ ਤੈਅ ਨਹੀਂ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਪ੍ਰਸਾਰਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਮੰਤਰਾਲੇ ਨੇ ਇਸ ਸਬੰਧੀ ਕੱਲ ਨਵੀਂ ਦਿੱਲੀ ਵਿਖੇ ਸੈਟੇਲਾਈਟ ਟੀਵੀ ਚੈਨਲਾਂ ਅਤੇ ਉਹਨਾਂ ਦੇ ਪ੍ਰਸਾਰਕਾਂ ਨਾਲ ਇੱਕ ਵਿਚਾਰ ਵਟਾਂਦਰਾ ਮੀਟਿੰਗ ਕੀਤੀ ਐਡਵਾਈਜ਼ਰੀ ਮੁਤਾਬਕ ਨਿੱਜੀ ਪ੍ਰਸਾਰਕਾਂ ਨੂੰ ਰੋਜ਼ਾਨਾ ਕੁਲਤੀ ਮਿੰਟ ਲਈ ਲੋਕ ਸੇਵਾ ਪ੍ਰਸਾਰਣ ਕਰਨਾ ਪਵੇਗਾ ਵੱਖ-ਵੱਖ ਮਿਆਦ ਦੇ ਪ੍ਰਸਾਰਣ ਵਿੱਚ ਕੌਮੀ ਅਹਿਮੀਅਤ ਦੇ ਵਿਸ਼ੇ ਸਿੱਖਿਆ ਖੇਤੀ ਅਤੇ ਪਿੰਡੂ ਵਿਕਾਸ ਮਹਿਲਾ ਭਲਾਈ ਵਾਤਾਵਰਣ ਅਤੇ ਸੱਭਿਆਚਾਰ ਵਿਰਾਸਤ ਜਿਹੇ ਵਿਸ਼ੇ ਸ਼ਾਮਲ ਹੋਣੇ ਚਾਹੀਦੇ ਨੇ ਪ੍ਰਸਾਰਣ ਸੇਵਾ ਪੋਰਟਲ ਤੇ ਪ੍ਰਸਾਰਕ ਨੂੰ ਇੱਕ ਮਹੀਨਾ ਬਾਅਦ ਰਿਪੋਰਟ ਆਨਲਾਈਨ ਜਮਾ ਕਰਨੀ ਪਵੇਗੀ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਮੰਤਰਾਲੇ ਨੇ ਦੇਸ਼ ਵਿੱਚ ਟੈਲੀਵਿਜ਼ਨ ਚੈਨਲਾਂ ਦੀ ਅਪਲਿੰਕਿੰਗ ਅਤੇ ਡਾਊਨਲਿੰਕਿੰਗ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕੇਂਦਰੀ ਸਿਹਤ ਮੰਤਰੀ ਮਨਸੂਖ ਮਾਂਡਵਿਆ ਨੇ ਕਿਹਾ ਕਿ ਭਾਰਤ ਨੂੰ 2027 ਤੱਕ ਕੁਸ਼ਟ ਮੁਕਤ ਬਣਾਇਆ ਜਾਵੇਗਾ ਕੌਮੀ ਕੁਸ਼ਟ ਰੋਦੀ ਦਿਵਸ ਮੌਕੇ ਵੀਡੀਓ ਕਾਨਫਰencing ਰਾਹੀਂ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਅਗਲੇ 3 ਸਾਲਾਂ ਵਿੱਚ ਹਾਸਲ ਕਰਨ ਲਈ ਸਮਾਜ ਦੇ ਸਹਿਯੋਗ ਦਾ ਹੋਣਾ ਲਾਜ਼ਮੀ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਕੁਸ਼ਟ ਤੋਂ ਪ੍ਰਭਾਵਿਤ ਲੋਕਾਂ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੌਮੀ ਕੁਸ਼ਟਤਾ ਮਿਟਾਓ ਪ੍ਰੋਗਰਾਮ ਤਹਿਤ ਇਹ ਟੀਚਾ ਹਾਸਲ ਕਰਕੇ ਰਾਸ਼ਟਰਪਿਤਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ 10000 ਦੀ ਆਬਾਦੀ ਪਿੱਛੇ ਇੱਕ ਕੇਸ ਦੀ ਦਰ ਨੂੰ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਹੁਣ ਤੱਕ 798 ਕਰੋੜ ਰੁਪਏ ਦੀ مالی ਮਦਦ ਦਿੱਤੀ ਜਾ ਚੁੱਕੀ ਹੈ ਚਨੀਗੜ੍ਹ ਤੋਂ جاری ਬਿਆਨ ਵਿੱਚ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਸਹਿਕਾਰੀ ਬੈਂਕ ਦੀ ਨਾਬਾੜ ਨੂੰ ਸੌਣੀ ਕਿਸ਼ਤ ਦੀ ਅਦਾਇਗੀ ਲਈ 85 ਕਰੋੜ ਰੁਪਏ ਮਾਲੀ ਮਦਦਵੱਜੋ ਦਿੱਤੇ ਗਏ। ਉਹਨਾਂ ਦੱਸਿਆ ਕਿ ਬੈਂਕ ਵੱਲੋਂ ਨਾਬਾੜ ਨੂੰ 31 ਜਨਵਰੀ 2023 ਤੱਕ 120 ਕਰੋੜ 91 ਲੱਖ ਰੁਪਏ ਦੀ ਕਿਸ਼ਤ ਸਮੇਂ ਸਿਰ ਨਾ ਮੋੜੇ ਜਾਣ ਕਾਰਨ ਬੈਂਕ ਨੇ ਡਿਫਾਲਟਰ ਹੋ ਜਾਣਾ ਸੀ ਅਤੇ ਭਵਿੱਖ ਵਿੱਚ ਬੈਂਕ ਨੂੰ ਨਾਬਾੜ ਤੋਂ ਮਿਲਣ ਵਾਲੀ ਰਕਮ ਬੰਦ ਹੋ ਜਾਣੀ ਸੀ। ਖਜ਼ਾਨਾ ਮੰਤਰੀ ਨੇ ਸੂਬੇ ਦੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਮਾੜੀ ਮਾਲੀ ਹਾਲਤ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਪੰਜਾਬ ਵਿੱਚ ਪਿਛਲੇ ਹਫ਼ਤੇ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਕਾਰਵਾਈਆਂ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ 11.5 ਲੱਖ ਤੋਂ ਵੱਧ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਚੰਡੀਗੜ੍ਹ ਤੋਂ جاری ਬਿਆਨ ਮੁਤਾਬਕ ਇੱਕ ਹਫ਼ਤੇ ਵਿੱਚ 257 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੇ ਸੰਬੰਧੀ ਕੇਸਾਂ ਵਿੱਚ ਪਗੋੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਗਿਣਤੀ 648 ਤੱਕ ਪਹੁੰਚ ਗਈ ਹੈ। ਪੁਲਿਸ ਦੇ ਇੰਸਪੈਕਟਰ ਜਨਰਲ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਵੱਖ-ਵੱਖ ਕਾਰਵਾਈਆਂ ਵਿੱਚ ਦੋਸ਼ੀਆਂ ਤੋਂ ਤਕਰੀਬਨ 16.5 ਕਿਲੋ ਹੈਰੋਇਨ ਸਾਡੇ ਕਿਲੋ ਅਫੀਮ 2 ਕੁਇੰਟਲ ਪੁੱਕੀ ਅਤੇ 79000 ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਨੇ ਗੁਰਦਾਸਪੁਰ ਸੈਕਟਰ ਵਿੱਚ ਬੀਐਸਐਫ ਦੀ ਆਦੀਆ ਪੋਸਟ ਤੇ ਬੀਤੀ ਰਾਤ ਫਿਰ ਤੋਂ ਪਾਕਿਸਤਾਨੀ ਡਰੋਨ ਵੇਖਿਆ ਗਿਆ ਬੀਐਸਐਫ ਦੇ ਡੀਆਈਜੀ ਪ੍ਰਭাকর ਜੋਸ਼ੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਡਰੋਨ ਤਕਰੀਬਨ 30 ਸੈਕਿੰਡ ਤੱਕ ਭਾਰਤ ਦੀ ਸਰਹੱਦ ਤੇ ਘੁੰਮਦਾ ਰਿਹਾ ਬੀਐਸਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ ਉਨ੍ਹਾਂ ਦੱਸਿਆ ਕਿ ਡਰੋਨ ਦੇਖੇ ਜਾਣ ਵਾਲੀ ਜਗ੍ਹਾ ਤੇ ਬੀਐਸਐਫ ਅਤੇ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਪਾਰਾ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ T20 ਮੈਚਾਂ ਦੀ ਲੜੀ ਦਾ ਤੀਜਾ ਤੇ ਆਖਰੀ ਮੈਚ ਭਲਕੇ ਅੰਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ T20 ਮੈਚਾਂ ਦੀ ਲੜੀ ਵਿੱਚ ਦੋਹਾਂ ਟੀਮਾਂ ਨੇ ਇੱਕ ਇੱਕ ਮੈਚ ਜਿੱਤ ਕੇ ਬਰਾਬਰੀ ਹਾਸਲ ਕੀਤੀ ਹੋਈ ਹੈ ਅਤੇ ਭਲਕੇ ਹੋਣ ਵਾਲੇ ਮੈਚ ਨੂੰ ਜਿੱਤਣ ਲਈ ਦੋਵੇਂ ਟੀਮਾਂ ਅੱਡੀ ਚੋਟੀ ਦਾ ਜ਼ੋਰ ਲਗਾਉਣਗੀਆਂ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆ ਰਹੇ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ